ਅਸਲਾਮੁਅਲੈਕਮ ਵੀਰੋ, ਕੀ ਹਾਲ ਚਾਲ? ਹੋਰ ਸੁਣਾਓ, ਸਭ ਠੀਕ ਠਾਕ? ਵੀਰੋ, ਤੁਹਾਡਾ ਆਪਣਾ ਵੀਰ ਸ਼ਾਹਿਦ ਹੁਸੈਨ ਤੁਹਾਡੀ ਖਿਦਮਤ 'ਚ ਫਿਰ ਹਾਜ਼ਰ ਆ। ਅਤੇ ਤੁਸੀਂ ਵੇਖ ਰਹੇ ਜੇ ਯੂਟਿਊਬ ਚੈਨਲ ਹੈ ਵਿਲੇਜ ਅਰਾਊਂਡ, ਦੂਸਰਾ ਚੈਨਲ ਆ ਅਮੀਨਪੁਰ ਬੰਗਲਾ ਕੀ ਦੁਨੀਆ। ਅਤੇ ਟਿਕਟੋਕ 'ਤੇ ਜਾਓਗੇ ਤਾਂ ਆਈ ਡੀ ਸ਼ਾਹਿਦ ਹੁਸੈਨ ਦੇ ਨਾਂ ਤੋਂ 7518 ਨੂੰ ਤਾਂ ਵੱਜਿਆ ਵਾ, ਬਲਾਕ ਹੋਈ ਪਈ। ਬਲਾਕ ਕਿਉਂ ਹੋਈ ਪਈ ਹੈ? ਵੀ ਸਿਰਫ ਔਰ ਸਿਰਫ ਥੋੜ੍ਹੀਆਂ ਜੀ ਅਸੀਂ ਵਪਾਰੀਆਂ ਨੂੰ ਵੀ ਗੱਲਾਂ ਕਰਨੇ ਔਰ ਖਰੀਦਦਾਰਾਂ ਨੂੰ ਵੀ ਗੱਲਾਂ ਕਰਨੇ ਅਤੇ ਸ਼ੌਕੀਨਾਂ ਨੂੰ ਵੀ ਅਸੀਂ ਗੱਲਾਂ ਕਰਨੇ ਨੇ। ਉਹ ਚੀਜ਼ਾਂ ਜਿਹੜੀਆਂ ਨੇ ਕੁਝ ਨਹੀਂ ਸਹੀ ਲੱਗਦੀਆਂ, ਉਹ ਫਿਰ ਰਿਪੋਰਟਾਂ ਮਾਰਦੇ ਨੇ। ਉਹ ਆਈ ਡੀ ਤਾਂ ਫਿਲਹਾਲ ਬੈਨ ਪਈ ਹੈ, ਅਤੇ ਦੂਸਰੀ ਆਈ ਡੀ ਸ਼ਾਹਿਦ ਹੁਸੈਨ, ਉਹਨੂੰ ਜ਼ਰੂਰ ਫਾਲੋ ਕਰਿਓ। ਸ਼ੌਕਤ ਅਹਿਆਤ ਦੇ ਨਾਂ ਤੋਂ ਟਿਕਟੋਕ 'ਤੇ ਆਈ ਡੀ ਹੈ ਔਰ ਫੈਜ਼ੀ ਛੀਨਾ ਦੇ ਨਾਂ ਤੋਂ। ਉਹਦੇ 'ਤੇ ਜਾਓਗੇ ਰੋਜ਼ਾਨਾ ਦੀ ਬੁਨਿਆਦ 'ਤੇ ਤੁਹਾਨੂੰ 5-7 ਜਾਨਵਰ ਸੇਲ ਪਰਚੇਜ਼ ਵਾਸਤੇ ਮਿਲ ਸਕਦੇ ਨੇ। ਨਾਲ ਨਾਲ ਤੁਹਾਨੂੰ ਪਤਾ ਵੀ ਸੇਲ ਦਾ ਕੰਮ ਵੀ ਸਟਾਰਟ ਕੀਤਾ ਹੈ, ਅਤੇ ਅਲਹਮਦੁਲਿਲਾ ਇਮਾਨਦਾਰੀ ਨਾਲ ਜਾਰੀ ਉਸਾਰੀ ਹੈ। ਅਤੇ ਦੋਸਤੋ, ਘੋੜਿਆਂ ਦੀ ਗੱਲ ਤਾਂ ਮੈਂ ਬਾਅਦ 'ਚ ਕਰਾਂਗਾ, ਇੱਕ ਗੱਲ ਮੇਰੇ ਜ਼ਿਹਨ 'ਚ ਆ ਗਈ ਹੈ ਅਤੇ ਆਈ ਹੁਣੇ ਹੁਣੇ ਇੱਕ ਇਨਸਾਨੀਅਤ ਦੀ ਗੱਲ ਮੈਂ ਕਰਨ ਲੱਗਾ। ਇਨਸਾਨੀਅਤ ਦੀ ਗੱਲ ਕੀ ਹੈ? ਪਿਛਲੇ ਦਿਨਾਂ 'ਚ ਵਾਕਿਆ ਕੁ ਪੇਸ਼ ਆਇਆ ਫੈਸਲਾਬਾਦ ਦੇ ਸ਼ਹਿਰ ਖੁਰੜਿਆਣੇ ਦੇ ਵਿੱਚ। ਖੁਰੜਿਆਣੇ ਦੇ ਸ਼ਹਿਰ ਦੇ ਵਿੱਚ ਇੱਕ ਵਾਕਿਆ ਪੇਸ਼ ਆਇਆ ਵਾ, ਅਤੇ ਉਹਨੇ ਇਨਸਾਨੀਅਤ ਨੂੰ ਸ਼ਰਮਿੰਦਾ ਕਰ ਦਿੱਤਾ ਇੱਕ ਵਾਰੀ। ਇਸ ਤੋਂ ਸ਼ਰਮਿੰਦਾ ਕਰ ਦਿੱਤਾ ਵੀ ਕੋਈ ਬੰਦਾ ਸੀ ਅਤੇ ਉਹਦੇ ਦੋ ਭਾਈ ਹੋਰ ਸੀ, ਯਾਨੀ ਤਿੰਨ ਭਰਾ ਸੀ। ਤਿੰਨ ਭਰਾ ਸੀ ਅਤੇ ਉਹ ਵਾਲਦਾ ਉਹਨਾਂ ਦੀ ਜਿਹੜੀ ਸੀ ਨਾ, ਉਹ ਇੱਕ ਨਾਲ ਨਾਰਾਜ਼ ਸੀ ਅਤੇ ਦੋ ਜਿਹੜੇ ਭਾਈ ਸੀ ਨਾ ਉਹਨਾਂ ਕੋਲ ਉਹ ਰਹਿੰਦੀ ਸੀ। ਮੈਂ ਵੀ ਪਿਛਲੇ ਦਿਨਾਂ 'ਚ ਖਬਰ ਵੀ ਸੁਣੀ ਆ ਔਰ ਨੈੱਟ 'ਤੇ ਵੀ ਵੇਖਿਆ, ਖਬਰਾਂ 'ਚ ਵੀ ਆਇਆ, ਅਤੇ ਮੈਨੂੰ ਬੜਾ ਅਫਸੋਸ ਹੋਇਆ ਵੀ ਮਾਂ ਬਾਪ ਦੀ ਕਦਰ ਲੋਕ ਕਿੰਨੀ ਕਰਦੇ ਨੇ ਔਰ ਕੀ ਸੀ ਨਾ। ਅਤੇ ਮੈਂ ਘੋੜਿਆਂ ਤੋਂ ਹਟ ਕੇ ਤਦ ਗੱਲ ਕਰਨ ਲੱਗਾ, ਉਹ ਦੋਵਾਂ ਭਾਈਆਂ ਕੋਲ ਰਹਿੰਦੀ ਸੀ। ਅਖੀਰ ਉਹ ਭਾਈ ਬੋਲਦਾ ਨਹੀਂ ਸੀ ਮਾਂ ਆਪਣੀ ਨਾਲ ਬਿਲਕੁਲ ਵੀ, ਜਿਹੜਾ ਤੀਸਰਾ ਸੀ ਛੋਟਾ ਸੀ ਜਾਂ ਵੱਡਾ ਸੀ। ਉਹ ਮਾਂ ਵਾਲਦਾ ਫੌਤ ਹੋ ਗਈ ਆ, ਜਦੋਂ ਵਾਲਦਾ ਉਹਨਾਂ ਦੀ ਫੌਤ ਹੋ ਗਈ ਹੈ, ਅਤੇ ਉਹਨਾਂ ਭਾਈਆਂ ਨੇ ਨਾ ਉਹ ਆਇਆ ਜਿਹੜਾ ਤੀਸਰਾ ਭਾਈ ਸੀ ਉਹਦੇ ਕੋਲ ਆਇਆ ਵਾ ਆਪਣੇ ਭਾਈਆਂ ਕੋਲ ਵੀ ਮੈਂ ਮਾਂ ਦਾ ਮੂੰਹ ਚਿਹਰਾ ਵੇਖਣਾ। ਉਹਨਾਂ ਭਾਈਆਂ ਨੇ ਕੋਈ ਨਾ ਵੇਖਣ ਦਿੱਤਾ। ਉਸਨੇ ਕੀ ਕੀਤਾ, ਉਹਨੇ ਥਾਣੇ ਨਿਸ਼ਾਤਾਬਾਦ ਮੇਰਾ ਖਿਆਲ ਲੱਗਦਾ ਉਹਨਾਂ ਨੂੰ, ਉਹਨੇ ਉੱਥੇ ਥਾਣੇ 'ਚ ਜਾ ਕੇ ਐਪਲੀਕੇਸ਼ਨ ਦਿੱਤੀ ਵੀ ਮੈਨੂੰ ਮੇਰੀ ਮਾਂ ਦਾ ਚਿਹਰਾ ਨਹੀਂ ਵੇਖਣ ਦੇ ਰਹੇ। ਉਹਦੇ ਨਾਲ ਪੁਲਿਸ ਆਈ ਹੈ, ਪੁਲਿਸ ਆਣ ਕੇ ਚਿਹਰਾ ਉਹਨੂੰ ਵੇਖਣ ਦਿੱਤਾ ਵਾ। ਚਲੋ ਜੀ, ਪੁਲਿਸ ਵਾਪਸ ਚਲੀ ਗਈ। ਉਹਨਾਂ ਨੇ ਸਾਡੇ ਜਿਵੇਂ ਅਹਿਲੇ ਸੁਨਤ ਦੇ ਵਿੱਚ ਹੈਗਾ ਵੀ ਅਸੀਂ ਖਤਮ ਦੇ ਹਵਾਲੇ ਨਾਲ ਦਰੂਦ ਸ਼ਰੀਫ ਪੜ੍ਹਨੇ ਆ, ਕੁੱਲ ਸ਼ਰੀਫ ਪੜ੍ਹਨੇ ਆ, ਉਹ ਨਾਵੇਂ ਦਾ ਖਤਮ ਸੀ। ਉਹ ਭਾਈਆਂ ਉਹਨਾਂ ਨੇ ਆਪਣਾ ਸਿਸਟਮ ਕੀਤਾ ਸੀ, ਅਤੇ ਉਸਨੇ ਇਕੱਲੇ ਨੇ 20 ਮਣ ਗੋਸ਼ ਦਾ ਲਹਿਦਾ ਕੀਤਾ ਸੀ। ਜਿਸ ਵੇਲੇ ਲਹਿਦਾ ਕੀਤਾ ਸੀ ਤਾਂ ਉਹਨਾਂ 'ਚ ਇੱਕ ਰਿਵਾਜ਼ ਸੀ, ਉਹਨਾਂ 'ਚ ਇੱਕ ਹੈਗਾ ਸੀ ਸਿਸਟਮ ਵੀ ਸਭ ਤੋਂ ਪਹਿਲਾਂ ਜਿਹੜੀ ਰੋਟੀ ਹੈ ਨਾ ਉਹ ਨਾਨਕਿਆਂ ਨੂੰ ਦਿੱਤੀ ਜਾਂਦੀ ਸੀ। ਨਾਨਕਿਆਂ ਨੂੰ ਦਿੱਤੀ ਜਾਂਦੀ, ਜਿਹੜੇ ਨਾਨਕੇ ਸੀ ਨਾ ਉਹ ਸਾਰੇ ਦੋ ਭਰਾ ਮਾਲ ਸੀ, ਜਿਹੜੇ ਦੋ ਭਾਈ ਸੀ ਨਾਨਕੇ ਉੱਧਰ ਚਲੇ ਗਏ, ਨਾਨਕੇ ਉੱਧਰ ਚਲੇ ਗਏ ਕਿਉਂਕਿ ਹੋਏਗਾ ਸੰਗ ਦਿਲ ਜਿਹਨੇ ਮਾਂ ਦੀ ਕਦਰ ਨਹੀਂ ਕੀਤੀ, ਮਾਂ ਦਾ ਉਹਨੇ ਰੁਤਬੇ ਦਾ ਪਤਾ ਨਹੀਂ ਸੀ ਉਸ ਬੰਦੇ ਨੂੰ, ਮਾਂ ਦੇ ਰੁਤਬੇ ਦਾ ਪਤਾ ਨਹੀਂ ਸੀ ਉਸ ਨੂੰ, ਇਨਸਾਨੀਅਤ ਦਾ ਕੀ ਪਤਾ। ਉਸ ਬੰਦੇ ਨੇ ਇੱਦਾਂ ਕੀਤਾ ਵੀ ਉਹਦੇ ਆਪਣੇ ਮਹੱਲੇਦਾਰ, ਯੂਟਿਊਬ 'ਤੇ ਵੀਡੀਓ ਮੌਜੂਦ ਆ ਸੋਸ਼ਲ ਮੀਡੀਆ 'ਤੇ, ਉਹਨੇ ਆਪਣੇ ਮਹੱਲੇਦਾਰ ਸੱਦੇ, ਸੱਦ ਕੇ ਉਹਨੇ ਖਾਣਾ ਖੁਣਾ ਆਪਣਾ ਜਿਹੜਾ ਸੀ ਉਹ ਪਕਾਇਆ। ਪਕਾ ਕੇ ਨਾ ਇਨਸਾਨੀਅਤ ਦਾ ਜਿਹੜਾ ਵਾਕਿਆ ਮੈਂ ਸੁਣਾਉਣਾ ਚਾਹੁੰਦਾ, ਇਹ ਹੋਇਆ ਵੀ ਉਹਨੇ ਆਪਣੇ ਨਾਨੇ ਦੀ ਜਗ੍ਹਾ 'ਤੇ ਜਾਂ ਮਾਮੇ ਦੀ ਜਗ੍ਹਾ 'ਤੇ ਜਾਂ ਮਾਸੀ ਦੀ ਜਗ੍ਹਾ 'ਤੇ ਜਾਂ ਜਿਹੜਾ ਹੈਗਾ ਸੀ ਮਲਵੇਰਾਂ ਦੀ ਜਗ੍ਹਾ 'ਤੇ ਉਹਨੇ ਕੁੱਤਾ ਬੰਨ ਦਿੱਤਾ। ਉੱਥੇ ਉਹਨੇ ਕੁੱਤਾ ਬੰਨ ਦਿੱਤਾ, ਉਹਨੇ ਸਭ ਤੋਂ ਪਹਿਲਾਂ ਕੁੱਤੇ ਨੂੰ ਰੋਟੀ ਦਿੱਤੀ। ਯਾਰ ਵੇਖ ਕੇ ਬੜਾ ਅਫਸੋਸ ਹੋਇਆ, ਇੰਤਹਾਈ ਅਫਸੋਸ ਹੋਇਆ, ਉਹਦੀ ਸੋਚ 'ਤੇ ਇੰਤਹਾਈ ਅਫਸੋਸ ਹੋਇਆ ਵੀ ਐਡਾ ਜ਼ਾਲਮ ਬੰਦਾ। ਇਸੇ ਤੋਂ ਹੀ ਮਾਂ ਉਹਦੇ ਨਾਲ ਨਹੀਂ ਸੀ ਹੈਗੀ ਵੀ ਜਿਹੜਾ ਇਨਸਾਨੀਅਤ ਨੂੰ ਸਮਝਦਾ ਹੀ ਨਹੀਂ ਸੀ।
ते दोस्तों अगर मेरी ये गल तुहानू बुरी लगे या चंगी लगे कमेंट करके लाजमी दसना, तो आओ हुण ये फैसल ना घोड़िया दी गल्लां करने। अस्सलाम वालेकुम फैसल वीर। वालेकुम सलाम। होर फैसल वीर सब ठीक है? फैसल वीर जिहड़ी मैं गल सुनाई है इदां होना चाहीदा है जिद्दां सुनो मैं जी, मां प्यो तां जन्नत होई जी, ते जिहड़ा उहने पैरां दे थल्ले जन्नत है जी, जिहड़ा मां दे प्यो दा नहीं अदब कर दो इंसान उन सलाम देवना ही नहीं चाहिदा। देखो फिर उन्हें ये वड्डा अंगे काम के जुल्म कीता है जी, फिर ओ कुत्ते नु फरमानी कीती है नाले, फिर दूसरा इंसान ही थी उन्हें कीता भी कुत्ता बांध देता कुत्ते नु, पहला जी नानका मामा दादा बना देता नाना मासी मूसियां यानी सब कोई बना, ये यार बहुत ही। ते जेडे उथे मैंने खाण वाले सी उन्होंने भी नहीं सोचा, ये छड के चले जांदे उन्हें उथे कहंदे यार तू गलत करन दे, पर किसे च हिम्मत नहीं किसे नु सच कहण दी किसे नु रोकण दी। ते फैसल वीर ਇਹਦੀ ਗੱਲ ਕਰੀਏ ਫਿਰ ਆਣ ਕੇ ਬੱਚੇ ਬਛੇਰਾ ਕਿੰਨੀ ਉਮਰ ਦਾ ਹੀ? ਉਮਰ 11 ਮਹੀਨੇ ਜਨਾਬ। ਪੱਕੀ ਗੱਲ ਹੈ? ਪੱਕੀ ਜਨਾਬ ਇਹ ਜੇ ਮਾਂ ਨੇ ਸੋਈ ਗਰੰਟੀ ਨਾਲ ਜੀ। ਅੱਛਾ ਅੱਛਾ। ਹਾਂਜੀ ਬਸ਼ੀਰ ਕੋਖਰਾਂ ਦੇ ਬੜਾ ਦਾ ਪੁੱਤਰ ਹੈ ਜੀ। ਅੱਛਾ ਜੀ ਗਰੰਟੀ ਨਾਲ ਜੀ, ਮੋਹ ਦੀਆਂ ਗੱਲਾਂ ਨਹੀਂ। ਬਾਕੀ ਹੈ ਤੁਹਾਡੇ ਸਾਹਮਣੇ ਜੀ, ਫਿਰ ਤੇ ਤੇਜ਼ ਤਰ੍ਹਾਂ ਖੂਬਸੂਰਤ ਤੁਹਾਡੇ ਸਾਹਮਣੇ ਜੀ। ਅੱਛਾ ਚੰਬਾ ਪਾਣੀ ਕਲਿਆਣ ਗਰੜਾ ਬਛੇਰਾ ਹੈ ਜੀ। ਗਰੜਾ ਬਛੇਰਾ ਚੰਬਾ ਪਾਣੀ ਕਲਿਆਣ। ਆਹ ਪੈਰਾਂ ਨੂੰ ਕੀ ਹੋਇਆ ਜੀ? ਆਹ ਦੇ ਜ਼ਖਮ ਹੋਏ ਡਾਲੇ ਦੇ ਵਿੱਚ ਲਦਿਆ ਨਹੀਂ ਨੇ ਜੀ, ਤੇ ਡਾਲੇ ਬੱਦਾ ਇੱਥੇ ਥੋੜਾ ਜਿਹਾ ਨਾ ਉੱਥੇ ਫਿਰ ਡੱਠਾ ਹੈ। ਇਹ ਕੱਦ ਕਿੰਨਾ ਕਰ ਜਾਏਗਾ ਫੈਸਲ? ਬੜਾ ਵੱਡਾ ਗੋੜ ਬਣਨਾ ਹੈ, ਕੋਈ 65-66 ਤੋਂ ਗੱਲ ਉੱਤਮ ਹੈ। 65 ਤੋਂ ਉੱਤਮ ਜੀ, ਹੱਕ ਦੀ ਗੱਲ ਹੈ ਇਹ। ਵਾਕਈ ਮੈਂ 66 ਤੋਂ ਹੱਸਿਆ ਤੇਰੇ ਤੋਂ, ਬਾਕੀ ਉਹ ਗੱਲ ਕੋ ਨਹੀਂ। ਬੜਾ ਬਛੇਰਾ ਤਾਂ ਇਹਨੇ ਮਾਰਨ ਨਹੀਂ ਦੇਣੀ, ਇੰਜੀ ਟੇਰ ਨਹੀਂ, ਇੰਜੀ ਟੇਰ ਤਾਂ ਮੇਰੇ ਕੋਲ ਆਇਆ ਸੀ, ਮੈਂ ਮਾਰ ਲੈਂਦਾ ਇਹਨੇ ਮਾਰਨ ਨਹੀਂ ਦੇਣੀ। बाकी गल्लां नहीं जी, वेखो चेक करो पुट्ठा सीना, वेखो जी सीना माशाल्लाह सोना, सोनू चेक करो चौड़ा सोम नाप उतर घोड़े डांस बंदा ला सकता है या नेज़ाबाजी ते ज्यादा काम? वड्डे जिहड़े घोड़े हुंदे तो नेज़ाबाजी वास्ते हुंदे जी, ते उह ते मुण अज दे दौर दे विच हुण डांसर बंदे वी जिहड़े शौकीन हज़रात ने उह वी वड्डा घोड़ा चॉइस करदे पए। चलो डांस ते लाग गया ते लाग गया, ना लाग गया ते फिर चलो नेज़ाबाजी ते या होर कोई काम ते आ सकदे। ਠੀਕ ਆ ਤੇ ਵੀਰ ਜੀ, ਵੀਡੀਓ ਮੇਰਾ ਖਿਆਲ ਕਾਫੀ ਸਾਰੀ ਹੋ ਗਈ, 5 ਮਿੰਟ ਦੀ ਹੋ ਗਈ ਆ, ਤੇ ਪਿੱਛੇ ਗੱਲ ਵੀ ਸੁਣਾਈ ਹੈ ਕਬੂਤਰਾ 5 ਕਲਿਆਣ ਆ, ਤੇ ਹਾਈਟ ਦੀ ਮੇਰੇ ਅੰਦਾਜ਼ੇ ਜੀ 58 ਹੋਏ ਨੇ ਜੀ ਫੈਸਲ। ਅੱਛਾ ਵਾਹ, ਦੋਸੀ ਘਟਦਾ ਨਹੀਂ, ਦੇਖੀ ਮਾਰ ਕੇ ਇੰਚੀ ਟੇਪ ਮਾਰੋ ਨਾ। ਆ ਛੋਟੇ ਆਏ ਨਾਲੇ ਇੰਚੀ ਟੇਪ ਚਾ ਵੀ, ਓ ਇੰਚੀ ਟੇਪ ਨਹੀਂ ਹੈ ਦੋਸਤੋ, ਇੰਚੀ ਟੇਪ ਮਾਰ ਹੀ ਲਈਏ ਕਿਉਂਕਿ ਮਾਰ ਲੈ ਜੀ ਮਜ਼ੀਦ ਲੈ ਕੇ ਇੰਚੀ ਟੇਪ ਤੋਂ ਗੱਲ ਬਾਤ ਹੈ ਜੀ ਜੀ ਗਰਦਨ ਬੜੀ ਹੈ। ਨਾ ਨਹੀਂ ਗਾਸ ਇਹਦਾ ਚੰਗਾ, ਮੈਂ ਜੀ ਇੰਚੀ ਟੇਪ ਆਪ ਲੈ ਕੇ ਆਵਾਂ, ਇਹਦਾ ਤਕਰੀਬਨ ਇੰਚੀ ਟੇਪ ਤੋਂ ਵੀ ਵੱਧ ਕਾ ਦੇਗੀ, ਕਿਉਂਕਿ ਇਹਦਾ ਗਰਦਨ ਗਾਟਾ ਖੂਬਸੂਰਤੀ ਬਾਰੀਆਂ ਬਣੀਆਂ ਖਲੋਤੀ ਨੇ ਚਾਹੀਆਂ ਨਾ ਬਚੇਰਾ, ਬਾਕੀ ਬੇਹਾਰ ਬਚੇਰਾ ਕੋਈ ਚੰਬਾ ਬਚੇਰਾ ਜੀ, ਗਰਨਾ ਕਬੂਤਰਾ ਬਚੇਰਾ ਜੀ, ਕੋਈ ਲੋਕ ਸਾਹਿਬ ਨਹੀਂ ਜੀ, ਕਿਉਂਕਿ ਥੋੜ੍ਹਾ ਜਿਹਾ ਪਿਆਰ ਨਾਲ ਲਗਾ ਡਰੇ ਨੇ। ਵਾਹ ਕੱਪੜੇ ਦੀ ਬਣਾਉਣੀ ਚਾਹੀਦੀ ਸਾਨੂੰ, ਕਿਤਨਾ ਹੋ ਗਿਆ ਦੋਸਤੋ? ਮੇਰੀ ਸੋਚ ਤੋਂ ਵੀ ਜ਼ਿਆਦਾ ਕੱਦ ਹੋ ਗਿਆ, ਕਹਿੰਦੀ ਮੇਰੀ ਸੋਚ ਤੋਂ ਜ਼ਿਆਦਾ ਕੱਦ ਤੁਸੀਂ ਵੇਖ ਲਿਆਉਣਾ ਵਾ, 59 ਪਲੱਸ ਆ, 11 ਸੋਹਣਾ ਵਾ, ਇਹ ਬਹੁਤ ਸੋਹਣਾ ਜਾਨਵਰ ਆ, ਤੇ ਪੈਸੇ ਸੋਹਣੇ ਲੱਗਣੇ ਨੇ। ਤੁਹਾਨੂੰ ਇਹ ਪਤਾ ਕਿ ਅਸੀਂ ਵੀ ਮਜ਼ਦੂਰ ਬੰਦੇ ਹਾਂ,
ਤੁਸੀਂ ਸਾਡੇ ਵਿਰਾਹ ਜੀ ਜੇ ਬੰਦਾ ਬਹਿਸ ਕੀਤੇ ਰੱਖੇ ਡਿਮਾਂਡ ਤੇ 8.5 ਲੱਖ ਰੁਪਈਆ ਕਰਨੇ ਆ ਜੀ ਮਜ਼ੀਦ ਪਿਆਰ ਮੁਹੱਬਤ ਕਰ ਨਹੀਂ ਯਾਰ ਫੈਸਲ ਥੋੜਾ ਜਿਹਾ ਥੱਲੇ ਆ ਡਿਮਾਂਡ ਉਹ ਜਿਵੇਂ ਮੀਆਂ ਤੂੰ ਆਖ ਸਕਦੇ ਸਾਡਾ ਕਰਨ ਨਹੀਂ समझदार कौन चलो ना बनेगा त्रेड़ चौट बन जाएगा ਇਹ ਗਰਮ ਵਾਲੇ ਦਾ ਇੱਥੇ ਵੇ ਨਾ ਨਹੀਂ ਨਹੀਂ ਅਗਾਸ ਥੋੜਾ ਜਿਹਾ ਕੀਮਤ ਚ ਡਿਮਾਂਡ ਚ ਥੋੜਾ ਜਿਹਾ ਫਰਕ ਪਾ ਲੈ ਚਲੋ ਤੂੰ ਆਪ ਪਾ ਚੰਮੀਆਂ ਨਹੀਂ ਮੈਂ ਨਹੀਂ ਪਾਉਣਾ ਤੂੰ ਪਾ ਯਾਰ ਰੌਲਾ ਮਕਾਈਏ ਡਿਮਾਂਡ ਥੋੜੀ ਉਹ ਹਿਸਾਬ ਨਾ ਇਹ ਹੋਏ ਵੀ ਸਾਨੂੰ ਕੋਈ ਫੋਨ ਕਰੇ ਇਹ ਨਾ ਹੋਏ ਕੋਈ ਆਖਣ ਵੀ ਯਾਰ ਚੰਗਾ ਵੀ ਜਿਹੜਾ ਸਮਝਦਾਰ ਜਾਨਵਰ ਉਸੇ ਨੇ ਚੀਜ਼ ਨੂੰ ਪਰਖਣ ਵਾਲਾ ਉਹ ਜ਼ਰੂਰ ਯਾਦ ਕਰ ਸੀ ਜਿਹੜਾ ਇਨਸਾਨ ਚੰਗਾ ਪਰਖਣ ਵਾਲਾ ਸਮਝਦਾਰ ਗੋੜਨ ਪਰਖਣ ਵਾਲਾ ਉਹ ਤੁਹਾਨੂੰ ਨਾ ਜ਼ਰੂਰ ਟੈਚਿੰਗ ਹੀ ਕਰ ਸੀ ਬਾਕੀ ਸਿੱਧ ਨਸੀਬਾਂ ਦੇ ਲੇਕਿਨ ਇਹ ਕਰੀ ਜਾਨਵਰ ਪੁੱਛੀ ਜ਼ਰੂਰ ਨਹੀਂ ਨਹੀਂ ਪੁੱਛੇਗਾ ਤੇ ਜ਼ਰੂਰ ਜਾਨਵਰ ਖੁਦ ਦੱਸਦਾ ਕਿ ਮੈਂ ਕਿਹੜੀ ਸ਼ਖਸੀਅਤ ਕਈ ਬੰਦੇ ਨਾ ਹੁਣ ਸਾਨੂੰ ਇਹ ਕਹਿਣ ਲੱਗ ਪਏ ਨੇ ਜਿਹੜੇ ਵੀਡੀਓ ਬਣਾਉਂਦੇ ਨੇ ਨਾ ਜਾਂ ਬਣਵਾਉਂਦੇ ਨੇ ਉਹ ਵੀਡੀਓ ਵੇਖ ਕੇ ਪੈਸੇ ਮੰਗਣ ਲੱਗ ਪੈਂਦੇ ਨੇ ਵੀਡੀਓ ਦੇ ਵਿੱਚ ਜ਼ਿਆਦਾ ਪੈਸੇ ਮੰਗਦੇ ਨੇ ਮਾਫ ਕਰੇ ਜੀ ਅਸੀਂ ਨਾ ਜ਼ਿਆਦਾ ਮੰਗਨੇ ਨਾ ਕੋਈ ਜੀ ਫੈਸਲ ਜਾਇਜ਼ ਜੀ ਗੱਲ ਕਰਦੇ ਜਾਨ ਛਡਾਈ ਚਲੋ 8 ਲੱਖ ਕਰ ਚਲੋ ਜੀ ਇਹਨੂੰ ਰਹਿਣ ਦੋ ਜਿੰਨੇ ਤੇ ਪਹਿਲਾਂ ਇਹਨੇ ਕੀਤੀ ਉੱਥੇ ਹੀ ਰਹਿਣ ਦੋ ਇਹਨੂੰ ਮੁੜ ਕੇ ਇਹਦੇ ਨਾਲ ਮੁੱਕ ਲਾਂਗੇ ਨੰਬਰ ਬੋਲ ਆਪਣਾ 0346472508 ਹਰ ਬੰਦਾ ਜਿਹੜਾ ਜਿਹੜਾ ਵੀਡੀਓ ਵੇਖੇ ਇਹਨੂੰ ਫੋਨ ਲਾਜ਼ਮੀ ਕਰੇ ਬਾਕੀ ਗੱਲਾਂ ਛੱਡੋ ਇਹਨੂੰ ਫੋਨ ਲਾਜ਼ਮੀ ਕਰੇ ਇਹਨੂੰ ਦੱਸੇ ਵੀ ਇਹਦਾ ਘੋੜਾ ਕਿਹਨੇ ਦਾ ਇਹਨੂੰ ਲਾਜ਼ਮੀ ਫੋਨ ਕਰਨਾ ਸੈਂਦਾ ਕਰਤੀ ਹੈ ਕਿ ਮਕੇ ਸ਼ਾਂਤ ਕੇ ਸ਼ਾਨੇ ਚਲੋ ਠੀਕ ਹੈ ਦੋਸਤੋ ਜੀ ਇਨਸ਼ਾਅੱਲਾ ਅਗਲੀ ਵੀਡੀਓ ਤੇ ਫਿਰ ਮਿਲਨੇ ਆ ਦੁਆਵਾਂ ਚ ਯਾਦ ਰੱਖਿਓ ਰੱਬ ਰੱਖਾ